ਜੇ ਮੇਰੀ ਗੈਂਗਸਟਰਾਂ ਦੇ ਹੱਥੋਂ ਮੌਤ ਲਿਖੀ ਆ ਮੈਨੂੰ ਡਰਨੀ ਹੋਣਾ, ਔਰ ਇਹ ਵੀ ਕਹਿੰਦੇ ਤੇਰਾ ਪੁੱਤ ਮਾਰਨਾ, ਬਸ ਇੱਕ ਫਰਿਆਦ ਗੈਂਗਸਟਰਾਂ ਨੂੰ ਜ਼ਰੂਰ ਕਹੂੰਗਾ, ਅਣਖੀ ਰਿਹੋ, ਮਾਰਿਓ ਜ਼ਰੂਰ, ਪਰ ਪਹਿਲਾਂ ਮੈਨੂੰ ਮਾਰਿਓ, ਉਹ ਤੋਂ ਬਾਅਦ ਮੇਰਾ ਪੁੱਤ ਮਾਰਿਓ, ਜਦੋਂ ਮੇਰਾ ਪੁੱਤ ਮੇਰਾ ਸੰਸਕਾਰ ਕਰ ਦੂਗਾ ਬੇਸ਼ੱਕ ਮਾਰ ਦਿਓ। ਆਏ ਦਿਨ ਫਰੌਤੀਆਂ ਦੀਆਂ ਧਮਕੀਆਂ ਆਉਂਦੀਆਂ, ਜੇ ਫਰੌਤੀਆਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂੰ, ਆਪਣਾ ਬੱਚਾ ਸਕੂਲੋਂ ਢਾ ਕੇ, ਮੇਰੀ ਵਾਈਫ ਪ੍ਰਿੰਸੀਪਲ ਆ, ਸਕੂਲ 'ਚ ਨਹੀਂ ਜਾ ਰਹੀ, ਭੱਜਲਾ ਜਿੰਨਾ ਭੱਜਣਾ ਹੀ, ਕਹਿੰਦਾ ਤੈਨੂੰ ਠੋਕਣਾ, ਤੇਰਾ ਪਰਿਵਾਰ ਠੋਕਣਾ, ਤੇਰਾ ਪੁੱਤ ਮਾਰਨਾ ਹੀ ਅਤੇ ਮਾਰਨਾ ਹੀ। ਡਿਟੇਲ ਤੁਹਾਡੀ ਸਾਰੀ ਹੈ ਮੇਰੇ ਕੋਲ ਜੀ ਵੀਰ ਜੀ, ਠੀਕ ਆ ਜੀ। ਗੱਲ ਇੱਦਾਂ ਹੈ ਕੀ ਹੈ ਕਿ ਬੰਦਿਆਂ ਕੋਲ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ, ਤੇਰੀ ਪਹੁੰਚ ਹੈ MLA ਨਾਲ, ਠੀਕ ਹੈ, ਤੇਰੀ ਸਾਰੀ ਡਿਟੇਲ ਕਢਾਈ ਬੈਠਾ, ਤੂੰ ਫੋਨ ਨਹੀਂ ਨਾ ਚੱਕਦਾ ਕਿ ਨਾ ਚੱਕ, ਠੀਕ ਹੈ ਜੀ, ਠੀਕ ਹੈ। ਰੁਪਈਆ 50 ਲੱਖ ਰੁਪਈਆ ਚਾਹੀਦਾ। ਕੌਣ ਬੋਲ ਰਹੇ ਤੁਸੀਂ ਵੀਰ ਜੀ? ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾਰ, ਤੂੰ ਉੱਥੋਂ ਕੀ ਲੈਣਾ, ਤੇਰੇ ਕੋਲ ਨੰਬਰ ਆ ਗਿਆ ਨਾ। ਹਾਂਜੀ, ਠੀਕ ਹੈ, 50 ਲੱਖ ਰੁਪਈਆ ਚਾਹੀਦਾ, ਤੇਰੀ ਡਿਟੇਲ ਹੈਗੀ ਮੇਰੇ ਕੋਲ ਸਾਰੀ, ਤੇਰੀ ਘਰ ਵਾਲੀ ਦਾ ਨਾਮ ਮਨਕੀਤ ਕੌਰ ਜੀ, ਠੀਕ ਹੈ ਜੀ, ਅਟਾਰੀ ਤੇ ਤੁਸੀਂ ਜੀ, ਠੀਕ ਹੈ, ਕੋਕਾ ਕੋਲਾ ਦਾ ਤੁਸੀਂ ਕੰਮ ਕਰਦੇ, ਸਕੂਲ ਆ ਤੇਰਾ ਤੇ ਤੇਰੀ ਘਰ ਵਾਲੀ ਦਾ ਉੱਥੇ ਪ੍ਰਿੰਸੀਪਲ ਆ ਜੀ, ਤੇਰੇ ਭਰਾ ਜਿਹੜਾ ਤੇਰਾ ਸਾਥ ਹੈ। ਦੇਖੋ ਮੇਰੀ ਗੱਲ, ਮੇਰੀ ਗੱਲ ਪੰਜਾਬੀ ਚ ਸੁਣ ਲੈ, ਹਾਂਜੀ, ਮੇਰੇ ਕੋਲ ਸਾਰੀ ਡਿਟੇਲ ਆ, ਤੈਨੂੰ ਜੇ 2 ਦਿਨ ਫੋਨ ਨੀ ਕਰਿਆ ਨੀ ਸੀ ਨਾ, ਹਾਂਜੀ, ਤੇ ਉਹਦਾ ਇਹੀ ਕਾਰਨ ਸੀਗਾ ਤੈਨੂੰ ਫੋਨ ਨੀ ਕਰਿਆ ਸੀਗਾ ਜੀ, ਤੈਨੂੰ ਡਿਟੇਲ ਦੱਸਤੀ ਆ ਜੀ, 50 ਲੱਖ ਰੁਪਈਆ ਚਾਹੀਦਾ, 2 ਦਿਨਾਂ ਦਾ ਟਾਈਮ ਦਿੱਤਾ ਜੀ, ਠੀਕ ਆ, ਕਿਸੇ ਗਲਤ ਫਹਿਮੀ ਚ ਨਾ ਰਹੀ ਜੀ, ਕਿਵੇਂ ਪੁਲਿਸ ਕੋਲੇ ਜਾਊਂਗਾ ਜਾਂ ਤੇਰੀ ਕੋਈ ਪੁਲਿਸ ਮਦਦ ਕਰੂਗੀ ਜੀ। ਪਰ ਵੀਰ ਜੀ ਮੇਰੀ ਗੱਲ ਸੁਣੋ, ਮੈਂ 50 ਲੱਖ ਰੁਪਈਆ ਕਿੱਥੋਂ ਦਵਾਂ, ਕਾਹਦੇ ਦਵਾਂ? ਕੋਈ ਗੱਲ ਨਹੀਂ ਸੁਣੀ ਮੇਰੀ, ਸੁਣ ਲਓ ਜੀ ਗੱਲ ਜੀ, ਫਿਰੋਜ਼ਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਵੀਰੇ, ਮੈਨੂੰ ਨਹੀਂ ਇਹ ਪਤਾ, ਠੀਕ ਆ, ਨਹੀਂ ਪਤਾ, ਅਖਬਾਰ ਪੜ੍ਹੋ, ਠੀਕ ਆ, ਖਬਰਾਂ ਸੁਣੋ, ਬਾਅਦ ਦੇ ਵਿੱਚ ਤੁਹਾਡੇ ਵਰਗੇ ਦੇ ਨਾ ਜਿਹੜੇ ਨਾਲ ਦੇ ਸੱਜਣ ਹੁੰਦੇ ਨਾ, ਫਿਰ ਉਹ ਇਹ ਕਹਿੰਦੇ ਹੁੰਦੇ ਵੀ ਪਰਿਵਾਰ ਦਾ ਕੀ ਕਸੂਰ ਸੀਗਾ। ਪਰ ਵੀਰ ਜੀ ਮੇਰੀ ਗੱਲ ਸੁਣੋ, ਮੈਨੂੰ ਤੁਸੀਂ ਬੋਲਦੇ ਕੌਣ ਜੀ, ਮੈਨੂੰ ਉਹ ਤੇ ਦੱਸੋ ਯਾਰ। ਮੈਂ ਤੁਹਾਨੂੰ ਦੱਸੀ ਜਾਂਦਾ ਚੋਪੜਾ ਗੱਲ ਕਰਦਾ, ਤੂੰ ਉੱਥੋਂ ਕੀ ਲੈਣਾ, ਨਾ ਤੈਨੂੰ ਦੱਸਤਾ ਜੀ, ਠੀਕ ਹੈ, ਪੂਰਾ ਨਾਂ ਵੀ ਤੁਹਾਨੂੰ ਦੱਸ ਦੂੰਗਾ ਜੀ, ਬੰਦਿਆਂ ਕੋਲ ਤੈਨੂੰ ਇੱਕ ਚੀਜ਼ ਕਹਿਤੀ ਆ ਕਿ ਪੈਸੇ ਚਾਹੀਦੇ ਨੇ 50 ਲੱਖ ਰੁਪਈਆ, ਜਿੱਥੇ ਮਰਜ਼ੀ ਭੱਜਲਾ ਤੇਰੇ ਤੋਂ ਲੈਣੇ ਆ, ਤੇ ਮੈਨੂੰ ਲੈਣੇ ਆਉਂਦੇ ਆ, ਠੀਕ ਆ, ਤੇ ਜਿੱਥੇ ਤੂੰ ਕਹੇਗਾ ਨਾ ਤੈਨੂੰ ਟੱਕਰੂਗਾ, ਤੇਰੇ ਤੇਰੇ ਪਰਿਵਾਰ ਨੂੰ ਵੀ, ਜਿੱਥੇ ਕਹੇਗਾ ਘਰੇ ਖਾ ਕਰਕੇ ਟੱਕਰੂਗਾ ਵੀਰ ਜੀ। ਤੇ ਜੇ ਹੋਰ ਡਿਟੇਲ ਚਾਹੀਦੀ ਹੋਈ ਤਾਂ ਉਹ ਵੀ ਦੇ ਦੂੰਗਾ ਤੈਨੂੰ, ਇੰਨੀ ਦੇਤੀ ਹੈ, ਹੋਰ ਵੀ ਦੇ ਦੂੰਗਾ, ਠੀਕ ਆ। ਦੱਸਿਆ ਤੇ ਆਪਣਾ ਨਾਂ ਚੋਪੜਾ, ਤੇ ਚੋਪੜਾ ਉਹ ਹੈ ਨੀ, ਫੋਟੋ ਕਿਸੇ ਹੋਰ ਦੀ ਪਾਈ, ਤੁਹਾਨੂੰ ਵੀ ਪਤਾ ਹੁੰਦਾ ਜਿਹੜਾ ਉਹ ਆਪਣਾ ਨਾਂ ਨਹੀਂ ਸਹੀ ਦੱਸਦਾ। ਇੱਦਾਂ ਹੀ ਮੇਰੇ ਘਰ 2020 ਦੇ ਵਿੱਚ ਗੈਂਗਸਟਰਾਂ ਨੇ ਕੀਤਾ ਸੀਗਾ, ਪਰ ਉਹਨਾਂ ਨੇ ਨਾਂ ਤੇ ਜੱਗੂ ਭਗਵਾਨਪੁਰੀਆ ਦਾ ਲਿਆ ਤੇ ਨਿਕਲੇ ਕੋਈ ਹੋਰ, ਇਹ ਦੱਸਦੇ ਸੱਚਾਈ ਨਹੀਂ ਹੁੰਦੇ। ਪਹਿਲਾਂ ਵੀ ਮੇਰੇ ਨਾਲ ਹੋ ਚੁੱਕੀ, 2.5 ਸਾਲ ਦਾ ਮੇਰਾ ਬੱਚਾ ਸੀ ਜੋ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ, ਔਰ ਇਸੇ ਆੜ ਦੇ ਵਿੱਚ ਉਹ ਕਰਦੇ ਨੇ ਕਿ ਵੀ ਇਹਨਾਂ ਅਟਾਰੀ ਦੇ ਵਿੱਚ ਕਾਰੋਬਾਰ ਚੰਗਾ, ਇਸੇ ਕਰਕੇ ਮੈਨੂੰ ਇਹ ਜਿਹੜਾ ਟਾਰਗੇਟ ਕੀਤਾ ਜਾਂਦਾ ਔਰ ਵਾਰ ਵਾਰ ਬਣਾਇਆ ਜਾਂਦਾ। ਆਮ ਆਦਮੀ ਪਾਰਟੀ ਸਰਕਾਰ ਬਣੀ, ਕਹਿੰਦੇ ਆਮ ਲੋਕਾਂ ਦੀ ਸਰਕਾਰ ਸੀ, ਲੋਕਾਂ ਦੀ ਹਿਫਾਜ਼ਤ ਵਾਸਤੇ ਬਣੀ ਸੀ, ਕਹਿੰਦੇ ਤੁਸੀਂ MLA ਸਾਹਿਬ ਦੇ ਬਹੁਤ ਨੇੜੇ ਹੋ। ਬਿਲਕੁਲ ਸੱਚ ਹੈ ਭਾਅ ਜੀ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੈਂ ਤੇ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਪ੍ਰਧਾਨ ਹੈ, ਉਹ ਵੀ ਵਪਾਰੀਆਂ ਦਾ, ਤੇ ਮੇਰੇ ਨਾਲ ਆ ਕੁਝ ਹੋ ਰਿਹਾ, ਮੈਂ ਸਿਰਫ ਆਪਣੀ ਸਰਕਾਰ ਤੱਕ, ਤੁਹਾਡੇ ਮੀਡੀਆ ਦੇ ਥਰੂ ਆਪਣੇ CM ਤੱਕ ਆਵਾਜ਼ ਪਹੁੰਚਾਉਣਾ ਚਾਹੁੰਦਾ ਵੀ ਸਰ ਅਸੀਂ ਵੀ ਮੁਰਦਾਬਾਦ ਨਹੀਂ ਕਹਿੰਦੇ, ਆਮ ਆਦਮੀ ਪਾਰਟੀ ਜਿੰਦਾਬਾਦ ਹੀ ਕਹੀਦਾ, ਅੰਨੇ ਭਗਤ ਅਸੀਂ ਵੀ ਹਾਂ, ਪਰ ਹੁਣ ਮੇਰੇ ਘਰ 'ਤੇ ਬੀਤਣ ਦੇ ਜੀ, ਇਸ ਵਕਤ ਮੇਰੇ ਘਰ 'ਤੇ ਬੀਤਣ ਦੇ ਆ, ਔਰ ਮੈਂ ਡਿਪਰੈਸ਼ਨ 'ਚ ਜਾ ਰਿਹਾ, 4 ਦਿਨ ਤੋਂ ਸੁੱਤਾ ਨਹੀਂ,
ਚਾਰ ਦਿਨ ਤੋਂ ਨੀਂਦ ਨਹੀਂ ਅੱਖਾਂ 'ਚ ਪਈ। ਮੇਰਾ ਛੋਟਾ ਜਿਹਾ ਬੱਚਾ 7 ਸਾਲ ਦਾ ਨਿੱਕਾ ਜਿਹਾ ਪਲਾਸਟਿਕ ਦੀ ਰਫਲ ਇੱਥੇ ਰੱਖ ਕੇ ਪਿਸਤੌਲ ਸੌਣ ਦਿਆ, ਕਹਿੰਦਾ ਪਾਪਾ ਆਪਣੇ ਘਰ ਨੂੰ ਜੇਲ੍ਹ ਬਣਾਤਾ, ਆਪਾਂ ਨੂੰ ਹੁਣ ਜੇਲ੍ਹ ਹੋ ਗਈ ਆ। ਆਹ ਮੇਰੇ 7 ਸਾਲ ਦੇ ਬੱਚੇ ਦੇ ਬਿਆਨ ਹੈ ਜੋ ਕਿ ਸਕੂਲ ਤੋਂ ਢਾ ਕੇ ਘਰ ਬਿਠਾਇਆ। ਕਾਂਗਰਸੀਆਂ ਵੱਲੋਂ ਜਿਹੜਾ ਕੀ ਧੰਨੇ ਪ੍ਰਸ਼ਨ ਕੀਤੇ ਜਾ ਰਹੇ ਨੇ, ਕਹਿੰਦੇ ਲਾਲ ਲੈਂਡ ਦੀ ਸਥਿਤੀ ਜਿਹੜੀ ਵਿਗੜ ਗਈ ਆ, ਆਮ ਲੋਕਾਂ ਦੇ ਹਾਲਾਤ ਮਾੜੇ ਹੋ ਗਏ ਨੇ, ਕਹਿੰਦੇ ਆਮ ਆਦਮੀ ਪਾਰਟੀ 'ਚ ਦੇਖੋ ਜੀ ਇਹ ਤਾਂ ਜੱਗ ਜਾ ਰਿਹਾ। ਮੈਂ ਇਕੱਲਾ ਮੈਂ ਨਹੀਂ, ਪੂਰਾ ਤਰਨ ਤਾਰਨ ਜ਼ਿਲ੍ਹਾ ਵੇਖ ਲਓ ਜੋ ਹਾਲਾਤ ਇਸ ਵਕਤ ਹੁੰਦੇ ਨੇ। ਆਏ ਦਿਨ ਫਰੋਤੀ ਦੇਵੀ ਦਿੰਦੇ ਨੇ ਲੋਕ, ਕਿਉਂਕਿ ਡਰਦੇ ਨੇ। ਦੇ ਕੇ ਮਹੀਨੇ ਬਾਅਦ ਫਿਰ ਇੱਕ ਨੇ 30 ਲੱਖ ਦਿੱਤੀ, ਦੇ ਕੇ 2 ਕਰੋੜ ਰੁਪਈਆ ਤੋਂ ਮਹੀਨੇ ਬਾਅਦ ਦੂਜੇ ਗਰੁੱਪ ਨੇ ਮੰਗ ਲਿਆ। ਠੀਕ ਆ, ਕਿਸੇ ਨਾ ਕਿਸੇ ਨੂੰ ਉੱਠਣਾ ਪੈਣਾ, ਮੈਨੂੰ ਮੇਰੀ ਜਾਨ ਦੀ ਪਰਵਾਹ ਨਹੀਂ, ਕਿਉਂਕਿ ਜੇ ਜਾਨ ਦੀ ਪਰਵਾਹ ਹੁੰਦੀ ਤਾਂ ਮੈਂ ਵੀ ਪੈਸੇ ਦੇ ਦਿੰਦਾ ਇਹਨਾਂ ਨੂੰ। ਕੋਈ ਚੱਕਰ ਆਇਆ ਜੀ ਸੀ, ਉਹ ਸਵੇਰ ਦੇ ਬੈਠੇ ਸੀ, ਇੱਥੋਂ ਹੋ ਕੇ ਜਾ ਚੁੱਕੇ ਨੇ। ਦੇਖੋ ਜੀ ਮੈਂ ਨਾਂ ਤਾਂ ਨਹੀਂ ਕਿਸੇ ਦਾ ਲੈ ਸਕਦਾ, ਸ਼ੁਰੂਆਤ ਹੋ ਚੁੱਕੀ ਆ, ਦੇ ਵੀ ਚੁੱਕੇ ਆ, ਨਾਂ ਨਹੀਂ ਮੈਂ ਲੈਣਾ ਉਹਨਾਂ ਦੀ, ਕਿਉਂਕਿ ਉਹਨਾਂ ਦੀ ਆਪਣੀ ਮਜ਼ਬੂਰੀ ਹੋ ਗਈ। ਦੇਖੋ ਜੀ ਧਮਕੀਆਂ ਅੰਦਰ ਅੰਦਰ ਤਾਂ ਕੋਈ ਬਾਹਰ ਕੱਢਦਾ ਨਹੀਂ, ਦੇਣ ਵਾਲਿਆਂ ਵੀ ਚੁੱਪ ਚਪੀਤੇ, 2 ਜਣਿਆਂ ਦਾ ਰੌਲਾ ਕਿ ਉਹਨਾਂ ਨੇ ਦੇ ਚੁੱਕੇ ਨੇ, ਪਰ ਮੈਂ ਬਿਲਕੁਲ ਜੀ ਮਿਲੀ ਹੋਈ ਆ। ਦੇਖੋ ਪੁਲਿਸ ਆਪਣੇ ਇਹੀ ਕਹਿ ਰਹੇ ਕਿ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਕਰਾਂਗਾ, ਔਰ ਅਸੀਂ ਸਿਰਫ ਅੱਜ ਕੋਈ ਧਰਨਾ ਨਹੀਂ, ਅੱਜ ਸਿਰਫ ਤੁਹਾਡੇ ਮੀਡੀਆ ਦੇ ਥਰੂ ਪ੍ਰਸ਼ਾਸਨ ਤੱਕ ਆਪਣੇ CM ਤੱਕ ਆਵਾਜ਼ ਪਹੁੰਚਾਉਣੀ ਸੀ। ਅਸੀਂ ਨਹੀਂ ਹੁਣ, ਮੈਂ ਕਿਸੇ ਪਾਰਟੀ ਦੇ ਨਾਲ ਇਸ ਵਕਤ ਨਹੀਂ, ਮੈਂ ਛੱਡ ਚੁੱਕਾ, ਮੈਂ ਸਿਆਸਤ ਨਹੀਂ ਮੈਂ ਕਾਰੋਬਾਰੀ ਹਾਂ। ਔਰ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ, ਇੰਡਸਟਰੀ ਪਹਿਲਾਂ ਪੰਜਾਬ ਨੂੰ ਨਹੀਂ ਆ ਰਹੀ, ਅਤੇ ਜੇ ਨਿੱਕੇ ਮੋਟੇ ਵਪਾਰੀ ਇਸ ਵਕਤ ਸਾਡੇ ਵਰਗੇ ਜੇ ਉਹ ਵੀ ਸੇਫ ਨਹੀਂ, ਅਤੇ ਅਸੀਂ ਵੀ ਕਾਰੋਬਾਰ ਫਿਰ ਬੰਦ ਕਰ ਦਾਂਗੇ, ਦਾਲ ਫੁਲਕਾ ਤਾਂ ਮਹਾਰਾਜ ਨੇ ਦੇ ਹੀ ਜਾਣਾ। ਆਮ ਆਦਮੀ ਪਾਰਟੀ ਦੇ ਤੁਸੀਂ ਵਰਕਰ, ਜੇ ਤੁਹਾਡੇ ਨਾਲ ਇਸ ਤਰ੍ਹਾਂ ਹਾਲਾਤ ਹੋਣ ਲੱਗ ਪਏ ਤਾਂ ਆਮ ਲੋਕਾਂ ਦਾ ਕੀ ਬਣੂਗਾ? ਇਸੇ ਲਈ ਤਾਂ ਅਸੀਂ ਇਕੱਠੇ ਹੋਏ ਹਾਂ, ਮੈਨੂੰ ਤਾਂ ਪੁਲਿਸ ਪ੍ਰੋਟੈਕਸ਼ਨ ਮਿਲੀ ਹੁੰਦੀ ਮੈਂ ਗੱਲ ਨਾ ਕਰਦਾ, ਮੈਂ ਵੀ ਗਨਮੈਨ ਲੈ ਕੇ ਘੁੰਮੀ ਜਾਂਦਾ, ਗੱਲ ਉਹ ਨਹੀਂ, ਗੱਲ ਇੱਕ ਪੀੜ ਆ ਵੀ ਜਿਹੜੇ ਲੋਕ ਬੋਲਣ ਨਹੀਂ ਡਰਦੇ ਦੇਈ ਜਾਂਦੇ, ਮੈਂ ਕਹਿੰਦਾ ਉਹਨਾਂ ਲਈ ਨਾਲ ਖੜੇ ਆ ਸੀ, ਮਰਨਾ ਹੈ ਜੇ ਮੇਰੀ ਗੈਂਗਸਟਰਾਂ ਦੇ ਹੱਥੋਂ ਮੌਤ ਲਿਖੀ ਆ, ਮੈਨੂੰ ਡਰਨੀ ਹੋਣਾ। ਔਰ ਇਹ ਵੀ ਕਹਿੰਦੇ ਤੇਰਾ ਪੁੱਤ ਮਾਰਨਾ, ਬਸ ਇੱਕ ਫਰਿਆਦ ਗੈਂਗਸਟਰਾਂ ਨੂੰ ਜ਼ਰੂਰ ਕਹੂੰਗਾ, ਅਣਖੀ ਰਿਹੋ, ਮਾਰਿਓ ਜ਼ਰੂਰ, ਪਰ ਪਹਿਲਾਂ ਮੈਨੂੰ ਮਾਰਿਓ, ਉਹ ਤੋਂ ਬਾਅਦ ਮੇਰਾ ਪੁੱਤ ਮਾਰਿਓ, ਜਦੋਂ ਮੇਰਾ ਪੁੱਤ ਮੇਰਾ ਸੰਸਕਾਰ ਕਰ ਦੂਗਾ ਬੇਸ਼ੱਕ ਮਾਰ ਦਿਓ, ਮੈਨੂੰ ਇਹੋ ਜਿਹਾ ਪਿਓ ਨਾ ਬਣਾਇਓ, ਇਹੋ ਜਿਹਾ ਕਿ ਮੇਰੀ ਆਤਮਾ ਇੱਥੇ ਭੜਕਦੀ ਰਹੇ, ਅਤੇ ਮੈਂ ਆਪਣੇ ਹੱਥੀ ਆਪਣੇ ਪੁੱਤ ਨੂੰ ਸਾੜਾਂ ਜਿਹੜਾ 11 ਸਾਲਾਂ ਬਾਅਦ ਦਿੱਤਾ। ਇਹ ਮੈਂ ਗੈਂਗਸਟਰਾਂ ਤੋਂ ਮੰਗ ਕਰਦਾ, ਕਿਉਂਕਿ ਪ੍ਰਸ਼ਾਸਨ ਨੂੰ ਵੱਡੇ ਗੈਂਗਸਟਰ ਨੇ, ਆਹ ਹਾਲਾਤ ਹੋਇਆ। ਡਰ ਨਹੀਂ, ਡਰਦਾ ਨਹੀਂ, ਡਰ ਨਾਂ ਦੀ ਚੀਜ਼ ਮੇਰੇ ਵਿੱਚ ਨਹੀਂ ਹੈਗੀ, ਜੇ ਡਰਦਾ ਹੁੰਦਾ ਤਾਂ ਪੈਸੇ ਦੇ ਕੇ ਬਹਿ ਜਾਂਦਾ, ਪਰ ਨਹੀਂ, ਡਟ ਗਿਆ ਔਰ ਡਟਾਂਗਾ। ਔਰ ਜੇ ਮੇਰੇ ਪਰਿਵਾਰ ਨੂੰ ਕੁਛ ਵੀ ਹੁੰਦਾ, ਮੇਰੇ ਪਰਿਵਾਰ ਨੂੰ ਕੁਛ ਹੁੰਦਾ, ਮੇਰਾ ਬੱਚਾ ਮੈਂ ਸਕੂਲ ਵੀ ਭੇਜਣਾ, ਮੈਂ ਡਰਾ ਕੇ ਨਹੀਂ ਰੱਖਾਂ, ਮੈਂ ਸਕੂਲ ਵੀ ਭੇਜਣਾ, ਔਰ ਮੈਂ ਪ੍ਰਾਈਵੇਟ ਸਿਕਿਉਰਿਟੀ ਵੀ ਆਪਣੀ ਰੱਖੀ ਹੋਈ ਹੈ, ਮੈਂ ਸਕੂਲ ਵੀ ਭੇਜਣਾ। ਰਾਹ 'ਚ ਮੇਰੇ ਪਰਿਵਾਰ ਨੂੰ ਕੋਈ ਮਾਰ ਦਿੰਦਾ, ਔਰ ਮੈਂ CM ਤੱਕਰ ਤੁਹਾਡੇ ਮੀਡੀਆ 'ਚ ਆਵਾਜ਼ ਪਹੁੰਚਾ ਦਿੱਤੀ ਆ, ਕੱਲ੍ਹ ਨੂੰ ਇਹ ਨਾ ਕਿਹਾ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ, ਦੱਸਿਆ ਨਹੀਂ, ਦੱਸ ਚੁੱਕਾ। ਜੋ ਤੁਸੀਂ ਦੇਖ ਹੀ ਰਹੇ ਕਿ ਅੱਜ ਦੇ ਜੋ ਹਾਲਾਤ ਹੋਏ ਆ, ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਆਉਂਦੀਆਂ, ਜੇ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਉਹੀ ਕੰਮ ਮੇਰੇ ਨਾਲ ਹੋਇਆ, ਮੈਨੂੰ 1 ਹਫ਼ਤੇ ਤੋਂ ਧਮਕੀਆਂ ਆ ਰਹੀਆਂ ਸੀ,
ਔਰ ਠੀਕ ਹੈ, ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ, ਬਾਹਰ ਲਾਈ ਹੋਈ ਆ। ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂੰ ਆਪਣਾ ਬੱਚਾ ਸਕੂਲੋਂ ਢਾ ਕੇ, ਮੇਰੀ ਵਾਈਫ ਪ੍ਰਿੰਸੀਪਲ ਆ, ਸਕੂਲ 'ਚ ਨਹੀਂ ਜਾ ਰਹੀ, ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ, ਔਰ ਅੰਦਰੇ ਅੰਦਰ ਘੁੱਟ ਰਹੀ। ਧਮਕੀ ਆ ਰਹੀ ਹੈ, ਕਿੰਨਾ ਬੰਦਿਆਂ ਲਵਾ ਇਹ ਬਾਹਰ ਦੇ ਨੰਬਰ ਤੋਂ ਆ ਰਹੀ ਆ, ਔਰ ਜੋ ਵੀ ਕੁਛ ਹੈਗਾ ਨਾ ਸ਼ਾਇਦ ਪੁਲਿਸ ਨੂੰ ਪਤਾ ਵੀ ਉਹਨਾਂ ਕੀ ਟਰੇਸ ਕੀਤਾ। ਨੈੱਟ ਕਾਲਿੰਗ ਆ ਰਹੀ ਹੈ ਕਾਲ ਕਰ ਰਹੇ ਵਾਰ ਵਾਰ। ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਸੀ ਪਰ ਮੈਂ ਚੁੱਕਦਾ ਨਹੀਂ ਹੁੰਦਾ ਬਾਹਰ। ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰੌਤੀ ਮੰਗੀ ਸੀ ਜੀ, ਔਰ ਜਿਸ ਦੇ ਵਿੱਚ ਮੈਂ ਜ਼ਿਆਦਾ ਉਹਨਾਂ ਨੂੰ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੱਤਾ। ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ। ਅਤੇ ਕੱਲ੍ਹ ਰਾਤ ਮੈਨੂੰ ਫਿਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਵੀ ਮੈਂ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ, ਅਸੀਂ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਅੱਗੇ ਲੱਗ ਕੇ ਜ਼ੋਰ ਲਾਇਆ। ਔਰ ਉਹ ਕਹਿੰਦਾ ਵੀ ਜ਼ੋਰ ਲਾ ਲਿਆ ਜੀ, ਤੁਹਾਡੇ MLA ਨੇ ਵੀ ਜ਼ੋਰ ਲਾ ਲਿਆ, ਪ੍ਰਸ਼ਾਸਨ ਨੇ ਕੱਖ ਨਹੀਂ ਮੇਰਾ ਕਰ ਸਕਦੇ। ਔਰ ਹੁਣ ਤੈਨੂੰ ਮੈਂ ਇਹ ਗੱਲ ਦੱਸਦਾ, ਭੱਜਲਾ ਜਿੰਨਾ ਭੱਜਣਾ ਹੀ, ਕਹਿੰਦਾ ਤੈਨੂੰ ਠੋਕਣਾ, ਤੇਰਾ ਪਰਿਵਾਰ ਠੋਕਣਾ, ਤੇਰਾ ਪੁੱਤ ਮਾਰਨਾ ਹੀ ਅਤੇ ਮਾਰਨਾ ਹੀ। ਔਰ ਇਹੀ ਗੱਲ ਮੈਂ ਫਿਰ ਵਾਰ ਵਾਰ ਕਹਿਣਾ ਚਾਹੁੰਦਾ, ਉਹ ਇਹਨੂੰ ਗੈਂਗਸਟਰਾਂ ਨੂੰ ਗਾਲਾਂ ਵੀ ਕੱਢੀਆਂ, ਮੈਂ ਸਾਰਾ ਕੁਛ ਕੀਤਾ। ਔਰ ਲਾਈਵ ਹੀ ਹੋਈ ਇੱਥੇ? ਹਾਂਜੀ ਵੀਡੀਓ ਪਾਈ ਸੀ, ਲਾਈਵ ਹੋ ਗਏ ਥੇ। ਹਾਂਜੀ ਉਹਨੂੰ ਡਿਲੀਟ ਕਰ ਦਿੱਤਾ ਗਿਆ ਸ਼ਾਇਦ, ਕਿਉਂਕਿ ਉਹਦੇ ਵਿੱਚ ਮੈਂ ਕੁਝ ਅਪਸ਼ਬਦ ਬੋਲ ਦਿੱਤੇ, ਮੇਰੀਆਂ ਧੀਆਂ, ਮੇਰੀਆਂ ਭੈਣਾਂ, ਮੇਰੇ ਬੱਚੇ ਪਿੰਡ ਦੇ ਨਾਲ ਸੀ, ਇਸ ਕਰਕੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਉਹ 'ਚ ਗਾਲਾਂ ਕੱਢੀਆਂ ਨੇ ਜੋ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ, ਇਸ ਕਰਕੇ ਮੈਂ ਉਹਨੂੰ ਡਿਲੀਟ ਕਰ ਦਿੱਤਾ। ਮੇਰੀ ਅੱਜ ਤੱਕ ਜੇ ਰੰਜਿਸ਼ ਹੁੰਦੀ ਤਾਂ ਸਾਰਾ ਪਿੰਡ ਮੇਰੇ ਅੱਧੀ ਗੋਲ 'ਤੇ ਖੜਾ ਨਾ ਹੁੰਦਾ। ਭਾਜੀ ਇਹਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਨ ਨੰਬਰ ਤੋਂ, ਜਿਹੜਾ ਬਾਹਰ ਦਾ ਨੰਬਰ ਸੀ, ਜਿਹਦੇ ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਈਆ ਦਿਓ ਅਤੇ ਆਪਾਂ ਜਿਸ ਸੰਬੰਧੀ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ, ਅਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਦੇ ਨਾਲ ਆਪਾਂ ਟਰੈਕ ਕਰਨ ਡਿਆਂ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ, ਕਿਹੜੇ ਦੇਸ਼ ਤੋਂ ਆਈ ਆ, ਜਾਂ ਕਿਹੜਾ ਬੰਦਾ ਇਹਦੇ ਬਿਹਾਈਂਡ। ਉਹਨੇ ਚਿਰ ਲਈ ਇਹਨੂੰ ਇੱਕ ਗਨਮੈਨ ਵੀ ਦੇ ਦਿੱਤਾ ਗਿਆ ਵਾ ਅਤੇ ਇਹਦੇ ਘਰ ਦੇ ਲਾਗੇ ਗਸ਼ਤੀ ਵੀ ਵਧਾ ਦਿੱਤੀ ਗਈ ਆ। ਪੁਲਿਸ ਆਪਣੇ ਕੰਮ ਲਈ ਬਿਲਕੁਲ ਤਤਪਰ ਆ ਅਤੇ ਜਲਦ ਤੋਂ ਜਲਦ ਬੰਦਾ ਗ੍ਰਿਫਤਾਰ ਕਰ ਲਿਆ। 18 ਹਲਕੇ 'ਚ ਪਹਿਲਾਂ ਹੀ ਮਾਮਲਾ ਸਾਹਮਣੇ ਆਇਆ ਵਾ, ਪਹਿਲਾਂ 18 ਹਲਕੇ 'ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਗੈਂਗਸਟਰ ਲਈ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ, ਬਸ ਇਹੀ ਕਹਿ ਰਿਹਾ ਕਿ ਕਿਸੇ ਨੇ ਕੋਈ ਦਰਖਾਸਤ ਹੁੰਦੀ ਸੀ ਇਸ ਮੁਤਾਬਕ, ਇਹਦੇ ਸੰਬੰਧੀ ਜੇ ਦਰਖਾਸਤ ਆਈ ਹੁੰਦੀ ਤਾਂ ਆਪਾਂ 100% ਕਰ ਲੈਂਦੇ। ਇਹਦੀ ਜਲਦ ਤੋਂ ਜਲਦ ਬੰਦਾ ਗ੍ਰਿਫਤਾਰ ਕਰਕੇ ਆਪਾਂ ਨੰਬਰ ਤੁਹਾਨੂੰ ਦੱਸ ਕੇ ਬੇਨਤੀ ਕੀਤੀ ਹੈ ਕਿ ਸਾਈਬਰ ਸੈੱਲ ਵਾਲਿਆਂ ਨੂੰ ਨੰਬਰ ਦੇ ਦਿੱਤਾ ਗਿਆ ਵਾ, ਜਲਦ ਤੋਂ ਜਲਦ ਉਹਦਾ ਗ੍ਰਿਫਤਾਰ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੇ ਇੱਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਨੂੰ ਇਨਫੋਰਮੇਸ਼ਨ ਦਿੰਦੇ ਨੇ, ਜਾਂ ਜੋ ਜੋ ਉਹਦੇ ਨਾਲ ਹੈਗਾ ਵਾ ਕਰਕੇ। ਸਰ ਨੈੱਟ ਕਾਲਿੰਗ ਕਰਦੇ ਆ ਜਾਂ ਵੀਡੀਓ ਕਾਲਿੰਗ ਕਰਦੇ? ਨਹੀਂ ਨੈੱਟ ਕਾਲਿੰਗ। ਕਿੰਨੀ ਵਾਰੀ ਫੋਨ ਆ ਚੁੱਕਿਆ ਬੰਦੇ ਦਾ? ਦੋ ਵਾਰੀ ਆ ਚੁੱਕਿਆ। ਨੰਬਰ ਬਾਹਰ ਤੋਂ ਬਾਹਰ ਨੰਬਰ 1 ਡਿਟੇਲ ਤੁਹਾਡੀ ਸਾਰੀ ਹੈ ਮੇਰੇ ਕੋਲ ਜੀ ਵੀਰ ਜੀ। ਠੀਕ ਆ ਜੀ। ਗੱਲ ਇੱਦਾਂ ਹੈ ਕੀ ਹੈ ਕਿ ਬੰਦਿਆਂ ਕੋਲ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ, ਤੇਰੀ ਪਹੁੰਚ MLA ਨਾਲ, ਠੀਕ ਹੈ, ਤੇਰੀ ਸਾਰੀ ਡਿਟੇਲ ਕਢਾਈ ਬੈਠਾ, ਤੂੰ ਫੋਨ ਨਹੀਂ ਨਾ ਚੱਕਦਾ ਹੈਗਾ, ਨਾ ਚੱਕ। ਠੀਕ ਹੈ ਜੀ। ਠੀਕ ਆ, ਰੁਪਈਆ 50 ਲੱਖ ਰੁਪਈਆ ਚਾਹੀਦਾ। ਕੌਣ ਬੋਲ ਰਹੇ ਤੁਸੀਂ ਵੀਰ ਜੀ? ਜਿੱਥੇ ਮਰਜ਼ੀ, ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾਰ, ਤੂੰ ਉੱਥੋਂ ਕੀ ਲੈਣਾ, ਤੇਰੇ ਕੋਲ ਨੰਬਰ ਆ ਗਿਆ ਨਾ। ਹਾਂਜੀ। ਠੀਕ ਹੈ, 50 ਲੱਖ ਰੁਪਈਆ ਚਾਹੀਦਾ, ਤੇਰੀ ਡਿਟੇਲ ਹੈਗੀ ਮੇਰੇ ਕੋਲ ਸਾਰੀ, ਤੇਰੀ ਘਰ ਵਾਲੀ ਦਾ ਨਾਮ ਮਨਕੀਤ ਕੌਰ ਜੀ, ਠੀਕ ਹੈ ਜੀ, ਅਟਾਰੀ ਦੇ ਆ ਤੁਸੀਂ ਜੀ, ਠੀਕ ਹੈ, ਕੋਕਾ ਕੋਲਾ ਦਾ ਤੁਸੀਂ ਕੰਮ ਕਰਦੇ, ਸਕੂਲ ਆ ਤੇਰਾ ਤੇ ਤੇਰੀ ਘਰ ਵਾਲੀ ਦਾ ਤੁਸੀਂ ਪ੍ਰਿੰਸੀਪਲ ਆ ਜੀ, ਤੇ ਤੇਰੇ ਭਰਾ ਜਿਹੜਾ ਤੇਰਾ ਸਾਥ ਹੈ। ਦੇਖੋ ਮੇਰੀ ਗੱਲ, ਮੇਰੀ ਗੱਲ ਪੰਜਾਬੀ ਚ ਸੁਣ ਲੈ। ਹਾਂਜੀ।
ਮੇਰੇ ਕੋਲ ਸਾਰੀ ਡਿਟੇਲ ਆ, ਤੈਨੂੰ ਜੇ ਦੋ ਦਿਨ ਫੋਨ ਨੀ ਕਰਿਆ ਨੀ ਸੀ ਨਾ, ਹਾਂਜੀ, ਤੇ ਉਹਦਾ ਇਹੀ ਕਾਰਨ ਸੀਗਾ ਤੈਨੂੰ ਫੋਨ ਨੀ ਕਰਿਆ ਸੀਗਾ ਜੀ। ਕਹਿੰਦੇ ਡਿਟੇਲ ਦੱਸਤੀ ਆ ਜੀ, 50 ਲੱਖ ਰੁਪਇਆ ਚਾਹੀਦਾ, 2 ਦਿਨਾਂ ਦਾ ਟਾਈਮ ਦਿੱਤਾ ਜੀ, ਠੀਕ ਆ, ਕਿਸੇ ਗਲਤ ਫਹਿਮੀ ਚ ਨਾ ਰਹੀ ਜੀ, ਮੈਂ ਪੁਲਿਸ ਕੋਲੇ ਜਾਊਂਗਾ ਜਾਂ ਤੇਰੀ ਕੋਈ ਪੁਲਿਸ ਮਦਦ ਕਰੂਗੀ ਜੀ। ਪਰ ਵੀਰ ਜੀ ਮੇਰੀ ਗੱਲ ਸੁਣੋ, ਮੈਂ 50 ਲੱਖ ਰੁਪਇਆ ਕਿੱਥੋਂ ਦਵਾਂ, ਕਾਹਦੇ ਦਵਾਂ? ਕੋਈ ਗੱਲ ਨਹੀਂ ਸੁਣੀ ਮੇਰੀ, ਸੁਣ ਲਓ ਜੀ ਗੱਲ ਜੀ, ਫਿਰੋਜ਼ਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਵੀਰੇ? ਮੈਨੂੰ ਨਹੀਂ ਜੀ ਪਤਾ, ਠੀਕ ਆ, ਨਹੀਂ ਪਤਾ, ਅਖਬਾਰ ਪੜ੍ਹੋ, ਠੀਕ ਆ, ਖਬਰਾਂ ਸੁਣੋ, ਬਾਅਦ ਦੇ ਵਿੱਚ ਤੁਹਾਡੇ ਵਰਗੇ ਦੇ ਨਾ ਜਿਹੜੇ ਨਾਲ ਦੇ ਸੱਜਣ ਹੁੰਦੇ ਨਾ, ਫਿਰ ਉਹ ਇਹ ਕਹਿੰਦੇ ਹੁੰਦੇ ਵੀ ਪਰਿਵਾਰ ਦਾ ਕੀ ਕਸੂਰ ਸੀਗਾ। ਪਰ ਵੀਰ ਜੀ ਮੇਰੀ ਗੱਲ ਸੁਣੋ, ਮੈਨੂੰ ਤੁਸੀਂ ਬੋਲਦੇ ਕੌਣ ਜੀ, ਮੈਨੂੰ ਉਹ ਤੇ ਦੱਸੋ ਯਾਰ। ਮੈਂ ਤੈਨੂੰ ਦੱਸੀ ਜਾਂਦਾ ਚੋਪੜਾ ਗੱਲ ਕਰਦਾ, ਤੂੰ ਉਹ ਤੋਂ ਕੀ ਲੈਣਾ, ਨਾ ਤੈਨੂੰ ਦੱਸਤਾ ਜੀ, ਠੀਕ ਹੈ, ਪੂਰਾ ਨਾਂ ਵੀ ਤੈਨੂੰ ਦੱਸ ਦੂੰਗਾ ਜੀ। ਬੰਦਿਆਂ ਕੋਲ ਤੈਨੂੰ ਇੱਕ ਚੀਜ਼ ਕਹਿਤੀ ਆ, ਪੈਸੇ ਚਾਹੀਦੇ ਨੇ 50 ਲੱਖ ਰੁਪਇਆ, ਜਿੱਥੇ ਮਰਜ਼ੀ ਭੱਜ ਲਾ, ਤੇਰੇ ਤੋਂ ਲੈਣੇ ਆ, ਤੇ ਮੈਨੂੰ ਲੈਣੇ ਆਉਂਦੇ ਆ, ਠੀਕ ਆ, ਤੇ ਜਿੱਥੇ ਤੂੰ ਕਹੇਗਾ ਨਾ ਤੈਨੂੰ ਟੱਕਰੂੰਗਾ, ਤੇਰੇ ਤੇਰੇ ਪਰਿਵਾਰ ਨੂੰ ਵੀ, ਜਿੱਥੇ ਕਹੇਗਾ ਘਰੇ ਫੜ ਕੇ ਟੱਕਰੂੰਗਾ ਜੀ। ਤੇ ਜੇ ਹੋਰ ਡਿਟੇਲ ਚਾਹੀਦੀ ਹੋਈ ਤਾਂ ਉਹ ਵੀ ਦੇ ਦੂੰਗਾ, ਤੈਨੂੰ ਇੰਨੀ ਦੇਤੀ ਹੈ, ਹੋਰ ਵੀ ਦੇ ਦੂੰਗਾ, ਠੀਕ ਆ।